ਇਹ ਤਸਵੀਰਾਂ ਨੇ ਜਲੰਧਰ ਦੀਆਂ, ਜਿੱਥੇ ਐਕਸਿਸ ਬੈਂਕ ਦੇ ਬਾਹਰ ਦਿਨ ਦਿਹਾੜੇ ਇੱਕ ਤੇਜ਼ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤੇ ਸਾਰੇ ਪਾਸੇ ਅਫੜਾ ਤਫੜੀ ਮੱਚ ਗਈ। ਚੱਲੀ ਉਸ ਗੋਲੀ ਦੇ ਨਾਲ ਕੋਲ ਹੀ ਬੈਠੇ ਚਾਰ ਲੋਕ ਫੱਟੜ ਹੋ ਗਏ, ਜੋ ਇੱਕ ਨਿੱਜੀ ਅਖਬਾਰ ਦੇ ਪੱਤਰਕਾਰ ਸਨ। ਉਹ ਗੋਲੀ ਚੱਲੀ ਬੈਂਕ ਦੇ ਸਿਕਿਉਰਿਟੀ ਗਾਰਡ ਦੀ ਲਾਪਰਵਾਹੀ ਦੇ ਨਾਲ, ਜਿੱਥੇ ਜਾਣਕਾਰੀ ਮੁਤਾਬਕ ਉਸਦੇ ਹੱਥ 'ਚੋਂ ਇਹ ਰਾਈਫਲ ਹੇਠਾਂ ਡਿੱਗ ਗਈ ਜੋ ਲੋਡਡ ਸੀ, ਅਤੇ ਉਸ 'ਚੋਂ ਗੋਲੀ ਚੱਲ ਗਈ। ਜਿੱਥੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ, ਫੱਟੜ ਹੋਏ ਚਾਰ ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਚਾਹ ਪੀਂਦੇ ਪੈਂਦੇ ਉੱਥੇ ਗੋਲੀ ਚੱਲਣ ਦੀ ਪਤਾ ਲੱਗਾ, ਗੋਲੀ ਚੱਲੀ, ਉਹ ਗੋਲੀ ਮੇਰੇ ਪੱਟ 'ਤੇ ਲੱਗੀ ਹੈ। ਉਹ ਕਹਿੰਦਾ ਜਿਹੜਾ ਗਨਮੈਨ ਸੀਗਾ, ਉਹ ਕਹਿੰਦਾ ਸੀਗਾ ਕਿ ਮੈਂ ਰੋਟੀ ਖਾਂਦੇ ਖਾਂਦੇ ਮੇਰੇ ਕੋਲ ਪਿਸਤੌਲ ਥੱਲੇ ਡਿੱਗ ਪਈ ਹੈ। ਚਾਰ ਜਣੇ ਘਾਇਲ ਹੋਏ, ਤਾਂ ਮੈਂ ਰਮੇਸ਼ ਨਿਗਰ, ਦੂਜਾ ਰਜਤ ਗਰੋਵਰ, ਇੱਕ ਮਨਮੋਹਨ ਹੈ, ਇੱਕ ਸ਼ੁਕਲਾ ਜੀ ਹੈ, ਕੋਈ ਚਾਰ ਸਾਰੇ ਠੀਕ ਹੈ ਜੀ। ਉੱਥੇ ਸਿਕਿਉਰਿਟੀ ਗਾਰਡ ਨੇ ਵੀ ਆਪਣੀ ਗਲਤੀ ਮੰਨੀ ਕਿ ਉਸਦੀ ਲਾਪਰਵਾਹੀ ਦੇ ਨਾਲ ਇਹ ਗੋਲੀ ਚੱਲੀ ਸੀ। ਕੀ ਗੱਲ ਹੋਈ ਭਾਅ ਜੀ, ਕਿੱਦਾਂ ਹੋਇਆ ਕੰਮ ਹੈ? ਇਹ ਆ ਕੈਸ਼ ਹੀ ਪਾਉਣੇ ਆ, ਏਟੀਐਮ ਆਏ ਤੋਂ ਰਫਲ ਥੱਲੇ ਚੱਲ ਗਈ ਔਰ ਦੇਖ ਕੇ ਰੋਟੀ ਖਾਣ ਡਿਆ। ਤੇ ਕਿੱਦਾਂ, ਮਤਲਬ ਕਿੰਨੇ ਬੰਦਿਆਂ ਨੂੰ ਲਾਈ ਚੋਟ? ਗੋਲੀ ਚੱਲਣ ਨਾਲ ਕਿੰਨੇ ਬੰਦਿਆਂ ਨੂੰ ਚੋਟ ਆਈ? ਪਤਾ ਨਹੀਂ ਕੋਈ ਇਕੱਲੇ ਨੇ ਜ਼ਿਆਦਾ ਆਈ ਇਹਨੂੰ, ਇਸੇ ਨੇ। ਤੇ ਚੱਲੀ ਕਿੱਦਾਂ ਭਾਅ ਜੀ? ਡਿੱਗ ਕੇ। ਤੁਸੀਂ ਫੜੀ ਨਹੀਂ ਦੱਸ ਭਾਅ ਜੀ? ਫੜੀ ਸੀ, ਇਤਰਾਜ ਕਰਨ ਲੱਗਾ, ਉਹ ਥੱਲੇ ਡਿੱਗ ਪਈ, ਉਹ ਤਾਂ ਰੋਟੀ ਖਾਣ ਡਿਆ, ਡੱਬਾ ਬੰਦ ਕਰਨ ਡਿਆ। ਕਿੰਨੇ ਬੰਦੇ ਜ਼ਖਮੀ ਹੋਏ? ਇੱਕ ਹੀ ਹੋਇਆ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਕੈਸ਼ ਵੈਨ ਹੀ ਆ ਜਿਹੜੇ ਵੱਖ ਵੱਖ ਏਟੀਐਮ ਦੇ ਵਿੱਚ ਵੱਖ ਵੱਖ ਬੈਂਕਾਂ ਤੋਂ ਪੈਸਾ ਇਕੱਠਾ ਕਰਕੇ ਅਤੇ ਕੈਸ਼ ਡਾਲਦੀਆਂ ਰੋਜ਼ ਦੀ ਤਰ੍ਹਾਂ। ਇਹ ਅੱਜ ਵੀ ਆਪਣੇ ਪੈਸੇ ਕਢਾ ਕੇ ਲਾ ਕੇ ਪਾ ਕੇ ਅਤੇ ਐਕਸਿਸ ਬੈਂਕ 'ਚ ਪੈਸੇ ਪਾਉਣ ਆਏ ਸੀਗੇ, ਉੱਥੇ ਇਹਨਾਂ ਨੂੰ ਪੂਰੀਆਂ ਰੋਟੀ ਖਾਣ ਲੱਗ ਪਏ। ਰੋਟੀ ਖਾਣ ਲੱਗੇ ਅਤੇ ਉਹ ਜਿਹੜੀ ਇਹਨਾਂ ਗੰਨ ਜਿਹੜੀ ਆ ਸਾਈਡ 'ਤੇ ਨਾਲ ਲਾਈ ਆਪਣੇ ਸਾਈਡ ਤੋਂ ਨਾਲ ਲਾਉਣ ਕਰਕੇ ਗੰਨ ਜਿਹੜੀ ਤਿਲਕ ਗਈ, ਜਾਂ ਤਿਲਕਣ ਦੇ ਕਾਰਨ ਜਿਹੜੀ ਉਹਦੇ ਸੱਟ ਲੱਗ ਕੇ ਡਿੱਗ ਪਈ। ਡਿੱਗਣ ਦੇ ਕਾਰਨ ਫੈਰ ਚੱਲ ਗਿਆ, ਜਿਹੜਾ ਰਾਊਂਡ ਲੋਡ ਸੀਗਾ ਉਹ ਜਿਹੜਾ ਦੋ ਜਵਾਨਾਂ ਦੇ ਲੱਗਾ, ਉਹਨਾਂ ਦੀ ਇਹੀ ਤਫਤੀਸ਼ ਚੱਲੀ ਆ। ਤਫਤੀਸ਼ ਕਰਨ ਦੇ ਉੱਤੇ ਅਸੀਂ ਦਾਖਲ ਕਰਾਇਆ ਹੋਸਪਿਟਲ। ਕਿਸੇ ਦੀ ਲਾਪਰਵਾਹੀ, ਇੱਕ ਗੋਲੀ ਅਤੇ ਚਾਰ ਲੋਕ ਫੱਟੜ ਹੋ ਗਏ। ਇਹ ਤਾਂ ਖੈਰ ਰਹੀ ਕਿ ਕਾਰਤੂਸ 'ਚੋਂ ਨਿਕਲੇ ਛੱਰਿਆਂ ਦੇ ਨਾਲ ਕਿਸੇ ਦੀ ਜਾਨ ਨਹੀਂ ਗਈ। ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।